ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ, ਕੀ ਹਾਲ ਹੈ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਤੁਸੀਂ ਦੇਖ ਰਹੇ ਹੋ ਪੱਕੇ ਯੂਰਪ ਵਾਲੇ ਯੂਟਿਊਬ ਚੈਨਲ, ਅਤੇ ਲੈ ਕੇ ਆਏ ਤੁਹਾਡੇ ਲਈ ਇਟਲੀ ਦੇ ਪੇਪਰਾਂ ਦੀ ਅਪਡੇਟ, ਥੋੜ੍ਹੀ ਜਿਹੀ ਜਾਣਕਾਰੀ ਕਿੱਥੇ ਕਿੱਥੇ ਪੇਪਰ ਨਿਕਲ ਰਿਹਾ, ਜਿਨ੍ਹਾਂ ਨੇ ਪੇਪਰ ਭਰੇ ਆ ਇਟਲੀ ਦੇ ਵਿੱਚ ਨੂਲੇ ਆ, ਉਸ 'ਤੇ ਕਿੱਥੇ ਕਿੱਥੇ ਇਸ਼ੂ ਹੋ ਰਿਹਾ, ਉਹਦੇ ਬਾਰੇ ਇਨਫੋਰਮੇਸ਼ਨ ਦੇਣੀ ਥੋੜ੍ਹੀ ਜਿਹੀ। ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ, ਉਹ ਵੀ ਜ਼ਰੂਰ ਦੇਖਣ ਜਿਨ੍ਹਾਂ ਨੇ ਇਟਲੀ ਦੇ ਵਿੱਚ ਪੇਪਰ ਭਰੇ ਆ। ਅਤੇ ਜੋ ਵੀ ਮੇਰੇ ਇਸ ਚੈਨਲ 'ਤੇ ਪਹਿਲੀ ਵਾਰ ਬਣੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ, ਤਾਂ ਜੋ ਸਾਡੀਆਂ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਨੋਟੀਫਿਕੇਸ਼ਨ ਬਟਨ ਦੇ ਨਾਲ ਤੁਹਾਡੇ ਸਕਰੀਨ 'ਤੇ ਸ਼ੋ ਹੋ ਸਕੇ। ਹਾਂਜੀ, ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ। ਅਤੇ ਜੋ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ, ਜੇਕਰ ਉਹਨਾਂ ਦਾ ਕੋਈ ਕੁਐਸਚਨ ਆ, ਅਤੇ ਜਾਂ ਫਿਰ ਜੇ ਕੋਈ ਸਵਾਲ ਉਹਨਾਂ ਦਾ, ਤਾਂ ਉਹ ਵੀਡੀਓ ਦੇ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਆ। ਅਤੇ ਬਾਕੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਵਟਸਐਪ ਗਰੁੱਪ ਅਤੇ ਇੰਸਟਾਗ੍ਰਾਮ ID ਦਿੱਤੀ ਆ, ਸੋ ਉਸ 'ਤੇ ਵੀ ਫੋਲੋ ਕਰਕੇ ਤੁਸੀਂ ਆਪਣਾ ਜਿਹੜਾ ਕੁਐਸਚਨ ਆ ਪੁੱਛ ਸਕਦੇ ਜੋ। ਆਪਾਂ ਨੈਕਸਟ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਕੁਐਸਚਨ ਦੇ ਆਂਸਰ ਆ ਕਲੀਅਰ ਕੀਤੇ ਜਾਣ, ਅਤੇ ਨਾਲ ਦੀ ਨਾਲ ਵੀ ਹੋ ਸਕਿਆ ਤਾਂ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ। ਸੋ ਇਟਲੀ ਦੇ ਜਿਹੜੇ 9 ਮਹੀਨੇ ਵਾਲੇ ਪੇਪਰ ਸੀ, ਉਹ ਪੂਰੀ ਇਟਲੀ ਦੇ ਵਿੱਚ ਹੀ ਨਿਕਲ ਰਹੇ ਆ। ਇੱਦਾਂ ਦੀ ਕੋਈ ਗੱਲ ਨਹੀਂ ਕਿ ਕੋਈ ਇਟਲੀ ਦੇ ਵਿੱਚ ਏਰੀਆ ਇਹੋ ਜਿਹਾ ਹੋਵੇ ਜਿੱਥੇ ਪੇਪਰ ਨਾ ਨਿਕਲੇ ਹੋਣ। ਸਾਰੀ ਜਗ੍ਹਾ ਪੇਪਰ ਬਹੁਤ ਹੀ ਵਧੀਆ ਤਰੀਕੇ ਨਾਲ ਐਰਕੀ, ਥੋੜ੍ਹੀ ਜਿਹੀ ਸਪੀਡ ਵੀ ਬਹੁਤ ਵਧੀਆ ਵਾ। ਇਟਾਲੀਅਨ ਗੌਰਮੈਂਟ ਨੇ ਬਹੁਤ ਹੀ ਵਧੀਆ ਕੰਮ ਕੀਤਾ ਵਾ, ਜੋ ਕਿ ਪੇਪਰ ਜਲਦੀ ਜਲਦੀ ਕੱਢ ਰਹੀ ਆ। ਜਿਨ੍ਹਾਂ ਨੇ ਵੀ ਭਰੇ ਆ, ਕਾਫੀ ਸਾਰੇ ਵੀਰਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਆ, ਸੋ ਉਹਨਾਂ ਦੇ ਵਿੱਚੋਂ ਕਈਆਂ ਦੇ ਪੇਪਰ ਨਿਕਲੇ ਆ। ਅਤੇ ਜੇਕਰ ਟਾਈਮਿੰਗ ਦੀ ਗੱਲ ਕਰੀਏ, ਤਾਂ ਟਾਈਮਿੰਗ ਉੱਪਰ ਥੱਲੇ ਹੋ ਸਕਦੀ ਆ, ਬਟ ਜਿਹੜੇ ਆ ਟਾਈਮਿੰਗ ਦੇ ਹਿਸਾਬ ਨਾਲ ਇਸ ਸਾਲ ਜਿਹੜੇ ਆ ਪੇਪਰ ਨਹੀਂ ਨਿਕਲ ਰਹੇ। ਉਹ ਇਸ ਤਰ੍ਹਾਂ ਵਾ ਕਿ ਕਿਸੇ ਦਾ ਟਾਈਮਿੰਗ 9:15 ਦੀ ਆ, ਕਿਸੇ ਦੀ 20 ਸੈਕਿੰਡ ਦੀ ਆ। ਸੋ ਕਈਆਂ ਦੇ 15 ਸੈਕਿੰਡ ਅਤੇ 14 ਸੈਕਿੰਡ ਵਾਲੇ ਪੇਪਰ ਨਿਕਲ ਚੁੱਕੇ ਆ, ਅਤੇ ਕਈਆਂ ਦੇ ਜਿਹੜੇ ਆ 10-11 ਸੈਕਿੰਡ 'ਚ ਜਿਹੜੇ ਪੇਪਰ ਭਰੇ ਆ, ਉਹ ਵੀ ਹਜੇ ਤੱਕ ਨਹੀਂ ਨਿਕਲੇ। ਸੋ ਇਹ ਥੋੜ੍ਹਾ ਜਿਹਾ ਇਸ ਟਾਈਮ ਕਨਫਿਊਜ਼ਨ ਆ, ਅਤੇ ਕਈਆਂ ਦੇ ਪੇਪਰ ਪਹਿਲਾਂ ਨਿਕਲ ਰਹੇ ਆ, ਅਤੇ ਕਈਆਂ ਦੇ ਹਜੇ ਤੱਕ ਜਿਹੜਾ ਕੋਈ ਜਵਾਬ ਨਹੀਂ ਆਇਆ। ਇਹ ਮਾਲਕ 'ਤੇ ਵੀ ਡਿਪੈਂਡ ਕਰਦਾ ਵਾ, ਜਿਹਦੇ ਤੋਂ ਤੁਸੀਂ ਪੇਪਰ ਭਰਵਾਇਆ, ਜਾਂ ਜਿੱਥੋਂ ਤੁਹਾਡੀ ਫਾਈਲ ਜਿਹੜੀ ਹੈਗੀ ਆ ਲੱਗੀ ਹੋਈ ਆ 9 ਮਹੀਨੇ ਵਾਲੀ ਜਾਂ ਸਾਲ ਵਾਲੇ ਪੇਪਰਾਂ ਦੀ, ਉਹ ਮਾਲਕ ਕੋਲੋਂ ਜਿਹੜਾ ਕੰਮ ਆ ਉਹ ਕੰਮ ਕਿੰਨਾ ਕੁ ਆ, ਅਤੇ ਉਹ ਕਿਸ ਹਿਸਾਬ ਨਾਲ ਜਿਹੜਾ ਵਾ ਉਹ ਟੈਕਸ ਪੇ ਕਰਦਾ ਵਾ। ਜੇਕਰ ਉਸ ਮਾਲਕ ਕੋਲੋਂ ਕੰਮ ਹੈਗਾ ਵਾ, ਬੰਦੇ ਘੱਟ ਆ ਉਹਦੇ ਕੋਲੋਂ, ਤਾਂ ਫਿਰ ਹੋ ਸਕਦਾ ਵਾ ਤੁਹਾਡੇ ਪੇਪਰ ਜਲਦੀ ਹੀ ਨਿਕਲਣ। ਸੋ ਕਈ ਵਾਰੀ ਇੱਦਾਂ ਹੁੰਦਾ ਵਾ ਕਿ ਜਿਹੜੇ ਮਾਲਕ ਨੇ ਤੁਹਾਡੇ ਪੇਪਰ ਭਰੇ ਹੁੰਦੇ ਆ, ਉਸ ਕੋਲੋਂ ਕੰਮ ਨਹੀਂ ਹੁੰਦਾ, ਪਰ ਫਿਰ ਵੀ ਉਹ 2-4 ਬੰਦਿਆਂ ਦੇ ਪੇਪਰ ਭਰ ਦਿੰਦਾ ਵਾ। ਉਹਦੇ ਵਿੱਚ ਉਹਦਾ ਤੁੱਕਾ ਲੱਗ ਜਾਵੇ ਤਾਂ ਇੱਕ ਅੱਧਾ ਬੰਦੇ ਦਾ ਨਿਕਲ ਜਾਵੇ, ਹੋ ਸਕੇ ਤਾਂ ਕਿਸੇ ਦਾ ਵੀ ਨਾ ਨਿਕਲੇ। ਸੋ ਇਸ ਤਰ੍ਹਾਂ ਵੀ ਹੋ ਸਕਦਾ ਵਾ ਉਹਨਾਂ ਵੀਰਾਂ ਦੇ ਪੇਪਰ ਕਈ ਵਾਰੀ ਨਹੀਂ ਨਿਕਲਦੇ ਜਿਨ੍ਹਾਂ ਦੇ ਮਾਲਕ ਇਹ ਕੰਮ ਕਰਦੇ ਆ, ਕਿਉਂਕਿ ਇਟਲੀ ਦੇ ਵਿੱਚ ਇਹ ਕੰਮ ਬਹੁਤ ਚੱਲਦਾ ਵਾ। ਆਪਣੇ ਜਿਹੜੇ ਪੰਜਾਬੀ ਜਾਂ ਇੰਡੀਅਨ ਲੋਕ ਕਹਿ ਲਓ, ਉਹ ਪੈਸੇ ਦੇ ਕੇ ਕਿਸੇ ਕੋਲੋਂ ਜਿਹੜੇ ਪੇਪਰ ਉਹ ਕਢਵਾਉਂਦੇ ਆ, ਸੋ ਉਹ ਪੇਪਰਾਂ ਦੇ ਨਿਕਲਣ ਦੇ ਚਾਂਸ ਕਾਫੀ ਘੱਟ ਜਾਂਦੇ ਆ। ਬਟ ਫਿਰ ਵੀ ਆਪਾਂ ਜੇਕਰ ਗੱਲ ਕਰੀਏ ਤਾਂ ਕੰਮ 'ਤੇ ਪੈਸਿਆਂ ਨਾਲ ਹੀ ਹੁੰਦਾ ਵਾ, ਬਟ ਉਹ ਫਿਰ ਵੀ ਮਾਲਕ 'ਤੇ ਕੰਮ 'ਤੇ ਡਿਪੈਂਡ ਕਰਦਾ ਵਾ ਕਿ ਉਹਦੇ ਕੋਲੋਂ ਕੰਮ ਆ ਕਿੰਨਾ ਵਾ। ਸੋ ਇਹਦੇ ਵਿੱਚ ਜੇਕਰ ਤੁਹਾਡੇ ਮਾਲਕ ਕੋਲੋਂ ਕੰਮ ਬਹੁਤ ਆ ਤਾਂ ਬੰਦੇ ਘੱਟ ਆ, ਤਾਂ ਇਹਦੇ ਵਿੱਚ ਤੁਹਾਡੇ ਜਿਹੜੇ ਚਾਂਸ ਆ ਉਹ ਵੀ ਵੱਧ ਜਾਂਦੇ ਆ। ਅਤੇ ਹੁਣ ਗੱਲ ਕਰਦੇ ਹਾਂ ਕਿੱਥੇ ਕਿੱਥੇ ਇਟਲੀ ਦੇ ਵਿੱਚ ਜਿਹੜੇ ਪੇਪਰ ਆ ਉਹ ਜ਼ਿਆਦਾ ਨਿਕਲ ਰਹੇ ਆ। ਜੇਕਰ ਕੰਪੇਅਰ ਕਰੀਏ ਮਿਲਾਨੋ ਰੋਮਾ ਵਾਲੀ, ਤਾਂ ਇਹਦੇ ਮੁਕਾਬਲੇ ਜਿਹੜੇ ਹੈਗੇ ਆ ਨੈਪੋਲੀ ਵਾਲੀ ਸਾਈਡ, ਉਹਦੇ ਥੱਲੇ ਰੀਜੋ ਕਲਬਰੀਆ ਹੋ ਗਿਆ, ਪਸੈਂਜ਼ਾ ਹੋ ਗਿਆ, ਜਾਂ ਫਿਰ ਬਾਰੀ ਹੋ ਗਿਆ, ਇਹਨਾਂ ਜਗ੍ਹਾਵਾਂ ਦੇ ਵਿੱਚ ਜਿਹੜੇ ਇੱਧਰ ਛੋਟੇ ਛੋਟੇ ਪਿੰਡ ਆ ਜਾਂ ਇਸ ਇਲਾਕਿਆਂ ਦੇ ਵਿੱਚ ਜਿਹੜੇ ਪੇਪਰ ਥੋੜ੍ਹੇ ਜਿਹੇ ਜ਼ਿਆਦਾ ਨਿਕਲ ਰਹੇ ਆ, ਕਿਉਂਕਿ 2-4 ਵੀਰਾਂ ਦੇ ਆਪਾਂ ਆਪਣੇ ਨਾਲ ਗੱਲਬਾਤ ਹੋਈ ਆ, ਉਹਨਾਂ ਦੇ ਪੇਪਰ ਇਹਨਾਂ ਸਿਟੀਜ਼ ਵਿੱਚੋਂ ਨਿਕਲੇ ਆ। ਸੋ ਜਿਹੜੀ ਮਿਲਾਨ ਆ ਅਤੇ ਜਾਂ ਫਿਰ ਵੈਨਿਸ ਹੋ ਗਿਆ ਜਾਂ ਰੋਮਾ, ਇੱਧਰ ਦੀ ਕੋਈ ਆਪਣੇ ਕੋਲ ਅਪਡੇਟ ਨਹੀਂ ਆਈ ਹਜੇ। ਜਿੱਦਾਂ ਵੀ ਆਪਣੇ ਕੋਲ ਕੋਈ ਅਪਡੇਟ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੇਕਰ ਕੰਪੇਅਰ ਕਰੀਏ ਮਿਲਾਨੋ ਰੋਮਾ ਵਾਲੀ, ਤਾਂ ਇਹਦੇ ਮੁਕਾਬਲੇ ਜਿਹੜੇ ਹੈਗੇ ਆ ਨੈਪੋਲੀ ਵਾਲੀ ਸਾਈਡ, ਉਹਦੇ ਥੱਲੇ ਰੀਜੋ ਕਲਬਰੀਆ ਹੋ ਗਿਆ, ਪਸੈਂਜ਼ਾ ਹੋ ਗਿਆ, ਜਾਂ ਫਿਰ
ਬਾਰੀ ਹੋ ਗਿਆ। ਇਹਨਾਂ ਜਗ੍ਹਾਵਾਂ ਦੇ ਵਿੱਚ ਜਿਹੜੇ ਇੱਧਰ ਛੋਟੇ ਛੋਟੇ ਪਿੰਡ ਆ ਜਾਂ ਇਸ ਇਲਾਕਿਆਂ ਦੇ ਵਿੱਚ ਜਿਹੜੇ ਪੇਪਰ ਥੋੜ੍ਹੇ ਜਿਹੇ ਜ਼ਿਆਦਾ ਨਿਕਲ ਰਹੇ ਆ, ਕਿਉਂਕਿ ਦੋ ਚਾਰ ਵੀਰਾਂ ਦੇ ਆਪਾਂ ਆਪਣੇ ਨਾਲ ਗੱਲਬਾਤ ਹੋਈ ਆ, ਉਹਨਾਂ ਦੇ ਪੇਪਰ ਇਹਨਾਂ ਸਿਟੀਜ਼ ਵਿੱਚੋਂ ਨਿਕਲੇ ਆ। ਸੋ ਜਿਹੜੀ ਮਿਲਾਨ ਆ ਅਤੇ ਜਾਂ ਫਿਰ ਵੈਨਿਸ ਹੋ ਗਿਆ ਜਾਂ ਰੋਮਾ, ਇੱਧਰ ਦੀ ਕੋਈ ਆਪਣੇ ਕੋਲ ਅਪਡੇਟ ਨਹੀਂ ਆਈ ਹਜੇ। ਜਿੱਦਾਂ ਵੀ ਆਪਣੇ ਕੋਲ ਕੋਈ ਅਪਡੇਟ ਆਉਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹਨਾਂ ਦੇ ਪੇਪਰ ਜਿਹੜੇ ਭਰੇ ਸੀ 9:11 'ਤੇ ਸੀ ਇੱਕ ਦੇ, ਅਤੇ ਇੱਕ ਵੀਰ ਦੇ ਜਿਹੜੇ ਹੈਗੇ ਸੀ 9:14 'ਤੇ ਸੀ, ਅਤੇ ਉਹਨਾਂ ਦੇ ਤਕਰੀਬਨ 1.5-2 ਮਹੀਨੇ ਭਰਨ ਤੋਂ ਬਾਅਦ 2 ਕੁ ਮਹੀਨੇ ਦੇ ਵਿੱਚ ਜਿਹੜੇ ਪੇਪਰ ਨਿਕਲ ਆਏ ਸੀ। ਪਿਛਲੇ ਸਾਲ ਨਾਲੋਂ ਇਸ ਸਾਲ ਇਟਲੀ ਜਿਹੜੀ ਹੈਗੀ ਆ ਪੇਪਰ ਕੱਢਣ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲਗਾ ਰਹੀ। ਜਿਨ੍ਹਾਂ ਦਾ ਸਭ ਕੁਝ ਸਹੀ ਆ, ਸਭ ਕੁਝ ਲੀਗਲ ਆ, ਪੇਪਰ ਪੂਰੇ ਡਨ ਆ ਜਿਹੜੇ ਮਾਲਕ ਦੇ, ਉਹਨਾਂ ਦੇ ਤਾਂ ਪੇਪਰ ਨਿਕਲਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ। ਮਤਲਬ ਕਿ 1-2 ਮਹੀਨੇ ਦੇ ਵਿੱਚ ਹੀ ਉਹਨਾਂ ਦੇ ਪੇਪਰ ਨਿਕਲ ਆਏ ਆ। ਸੋ ਜਿਨ੍ਹਾਂ ਦੇ ਮੁੱਲਿਆ ਉਸ 'ਤੇ ਫੇਕ ਆ ਜਾਂ ਫਿਰ ਜਿਨ੍ਹਾਂ ਦੇ ਮਾਲਕ ਪ੍ਰੋਪਰ ਜਿਹੜੇ ਹੈਗੇ ਆ, ਉਹਨਾਂ ਦੇ ਡਾਕੂਮੈਂਟ ਨਹੀਂ ਕਲੀਅਰ, ਉਹਨਾਂ ਦੇ ਜਿਹੜੇ ਨੂਲੇ ਆ ਉਸ 'ਤੇ ਆ ਉਹ ਇਸ਼ੂ ਹੋਣ ਦੇ ਵਿੱਚ ਮੁਸ਼ਕਿਲ ਆ ਰਹੀ ਆ। ਇਸ ਦੇ ਨਾਲ ਹੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ, ਅਤੇ ਜੋ ਵੀਰ ਸਾਡੇ ਚੈਨਲ 'ਤੇ ਫਸਟ ਟਾਈਮ ਬਣੇ ਆ ਉਹਨਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤੁਸੀਂ ਆਪਣੇ ਜਿਹੜੇ ਕੁਐਸਚਨ ਆ ਉਹ ਕਮੈਂਟ ਕਰਕੇ ਪੁੱਛ ਸਕਦੇ ਜੋ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਇੰਸਟਾਗ੍ਰਾਮ ID ਆ, ਉਸ 'ਤੇ ਜਾ ਕੇ ਫੋਲੋ ਕਰਕੇ ਵੀ ਤੁਸੀਂ ਕੁਐਸਚਨ ਕਰ ਸਕਦੇ ਜੋ, ਅਤੇ ਵਟਸਐਪ ਗਰੁੱਪ ਆ ਉਹਦੇ ਵਿੱਚ ਜਾ ਕੇ ਵੀ ਤੁਸੀਂ ਜਿਹੜੇ ਹੈਗੇ ਆ ਆਪਣਾ ਕੁਐਸਚਨ ਪੁੱਛ ਸਕਦੇ ਜੋ। ਅਤੇ ਬਾਕੀ ਜੇਕਰ ਕਿਸੇ ਵੀਰ ਦੇ ਪੇਪਰ ਨਿਕਲਿਆ ਤਾਂ ਉਹ ਥੱਲੇ ਕਮੈਂਟ ਕਰਕੇ ਦੱਸ ਸਕਦਾ ਵਾ ਕਿਹੜੀ ਜਗ੍ਹਾ ਨਿਕਲਿਆ ਅਤੇ ਕੀ ਟਾਈਮਿੰਗ ਸੀ। ਸੋ ਉਹਦੇ ਰਿਲੇਟਡ ਤਾਂ ਕਿ ਹੋਰ ਵੀ ਵੀਰਾਂ ਦੀ ਕੋਈ ਹੈਲਪ ਹੋ ਸਕੇ। ਅਤੇ ਬਾਕੀ ਬਣੇ ਰਹੋ ਚੈਨਲ 'ਤੇ, ਪੱਕੇ ਯੂਰਪ ਵਾਲੇ, ਕੀਪ ਵਾਚਿੰਗ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਸਾਰਿਆਂ ਦਾ।